ਫਿਰ ਵੀ ਚਲੋ ਇਹ ਗੱਲ ਤਾਂ ਹੋਈ ਮੈਨੂੰ ਥੋੜਾ ਜਿਹਾ ਦਰਸ਼ਕਾਂ ਦੇ ਸਮੇਂ ਦਾ ਵੀ ਹੁੰਦਾ ਲੋਕੀ ਥੋੜਾ ਟਾਈਮ ਦੇਖਦੇ ਆ ਇਹ ਚੀਜ਼ਾਂ ਨੂੰ ਤੇ ਆਪਾਂ ਨੈਕਸਟ ਟਾਈਮ ਮੈਂ ਚਾਹਣਾ ਵੀ ਇੱਕ ਗੱਲ ਨਾ ਸਿੱਖਾਂ ਜਿਵੇਂ ਆਮ ਦੇਖਦਾ ਵੀ ਉਹਨਾਂ ਨੂੰ ਐਂ ਲੱਗ ਜਾਂਦਾ ਵੀ ਸਾਡੀਆਂ ਗਲਤੀਆਂ ਨਾਲ ਹੀ ਅਸੀਂ ਇਸ ਪੋਜੀਸ਼ਨ 'ਚ ਵੀ ਸਾਡੇ ਲੀਡਰਾਂ ਨੇ 47 ਵੇਲੇ ਗਲਤੀਆਂ ਕਰ ਲਈਆਂ ਸਾਡੇ ਲੀਡਰਾਂ ਨੇ 1857 ਵੇਲੇ ਗਲਤੀਆਂ ਕਰ ਲਈਆਂ ਤੇ 84 ਵੇਲੇ ਵੀ ਸਾਡੇ ਲੀਡਰਾਂ ਨੇ ਆਹ ਗਲਤੀਆਂ ਕਰ ਲਈਆਂ ਤਾਂ ਸਾਡੀ ਕੌਮ ਇਸ ਥਾਂ ਤੇ ਪਹੁੰਚੀ ਆ ਮੈਂ ਤੁਹਾਨੂੰ ਵੀ ਅਗਲੇ ਪ੍ਰੋਗਰਾਮ ਚ ਆਪਾਂ ਇਸ ਤੇ ਵਿਚਾਰ ਕਰੀਏ ਵੀ ਉਹ ਗਲਤੀਆਂ ਸਿੱਖਾਂ ਦੀਆਂ ਆਪਦੀਆਂ ਨੇ ਜਾਂ ਸਾਡੇ ਗਲ ਪਈਆਂ ਗਈਆਂ ਨੇ ਆਉਣ ਵਾਲੇ ਪ੍ਰੋਗਰਾਮ ਇਹਦੇ ਤੇ ਰੱਖੋ ਜਰੂਰ ਹਾਂਜੀ ਹਾਂਜੀ ਜਰੂਰ ਦੇਖੋ ਜਿਹੜਾ ਸੈਲਫ ਹੇਟ ਦਾ ਇਸ਼ੂ ਹੈ ਨਾ ਹਾਂਜੀ ਹਰ ਗੁਲਾਮ ਕੌਮ ਦੇ ਵਿੱਚ ਕੋਈ ਸ਼ੁੱਧ ਤੱਕ ਸੈਲਫ ਹੇਟ ਹੁੰਦੀ ਹੈ ਅੱਛਾ ਜੀ ਤੇ ਸਿੱਖਾਂ ਦੇ ਵਿੱਚ ਉਹ ਥੋੜੀ ਜੀ ਲੋੜ ਤੋਂ ਜ਼ਿਆਦਾ ਹੂੰ ਤੇ ਸੈਲਫੀਟ ਇੱਕ ਕਿਸਮ ਦੀ ਸਿਉਂਕ ਹੈ ਜਿਹੜੀ ਕਿਸੇ ਕੌਮ ਨੂੰ ਅੰਦਰੋਂ ਖਾ ਜਾਂਦੀ ਹੈ ਤੇ ਉਹਦੀ ਸਾਰੀ ਤਾਕਤ ਜਿਹੜੀ ਉਹ ਖਤਮ ਕਰ ਦਿੰਦੀ ਹੈ ਠੀਕ ਹੈ ਜੀ ਸਿੱਖਾਂ ਦੀ ਇਸ ਵੇਲੇ ਹਾਲਤ ਇਹ ਹੈ ਵੀ ਬਾਹਰੋਂ ਵੇਖਣ ਨੂੰ ਸਿੱਖਾਂ ਨੂੰ ਲੱਗਦਾ ਵੀ ਬਹੁਤ ਕਾਮਯਾਬ ਹੈ ਹਮ ਇਕਨੋਮਿਕ ਤਰੱਕੀ ਕਰ ਗਏ ਪੋਲੀਟੀਕਲੀ ਵੈਸਟ ਦੇ ਵਿੱਚ ਤਰੱਕੀ ਕਰ ਗਏ ਪਰ ਅੰਦਰੋਂ ਸਿੱਖ ਖਾਦੇ ਪਏ ਆ ਸੋ ਜਰੂਰ ਜੀ ਅਗਲੀ ਵਾਰੀ ਜਰੂਰ ਸਾਨੂੰ ਟਾਈਮ ਦਿਓ ਅ ਤੇ ਆਪਾਂ ਅੱਜ ਦੇ ਲਈ ਲਈਏ ਜਾਂ ਇਹ ਤੀਜਾ ਹਾਂਜੀ ਬਸ ਅਖੀਰ ਤੇ ਮੈਂ ਇਹੀ ਗੱਲ ਕਹਿਣੀ ਆ ਕਿ ਕੱਲ ਨੂੰ ਸ਼ਾਮ ਨੂੰ 6 ਵਜੇ ਵੈਲਕੂਪਰ ਟਾਈਮ ਦੇ ਹਿਸਾਬ ਨਾਲ ਸਾਈਕੋ ਸਪਿਰਚੁਅਲ ਹਿਸਟਰੀ ਆਫ ਪੰਜਾਬ ਇੱਕ ਹੋਰ ਸ਼ੁਰੂ ਹੋਣਾ ਉਹਦੇ ਆਸਤੇ ਤੁਸੀਂ ਹਜੇ ਵੀ ਇੱਕ ਦਿਨ ਹੈਗਾ ਤੁਸੀਂ ਰਜਿਸਟਰ ਕਰ ਸਕਦੇ ਆ ਇਹਦੇ ਚ ਪੰਜਾਬ ਦਾ ਪਿਛਲੇ 5000 ਸਾਲ ਦਾ ਇਤਿਹਾਸ ਆੜਾ ਉਹਦੇ ਬਾਰੇ ਗੱਲਬਾਤ ਹੋਣੀ ਆ ਹੜੱਪਾ ਸਭਿਤਾ ਤੋਂ ਲੈ ਕੇ ਆਰੀਆਨਾਂ ਦਾ ਆਗਮਨ ਪੰਜਾਬੀ ਬੋਲੀ ਦਾ ਸੰਸਕ੍ਰਿਤ ਬੋਲੀ ਨਾਲ ਕੀ ਰਿਸ਼ਤਾ ਹੈ ਜਿਹੜਾ ਕਿ ਬਹੁਤ ਇੰਪੋਰਟੈਂਟ ਅਹਿਮ ਮੁੱਦਾ ਤੇ ਜਿਹੜਾ ਆਉਣ ਵਾਲੇ 10 ਸਾਲਾਂ ਦੇ ਵਿੱਚ ਇਹ ਗੱਲ ਸਥਾਪਿਤ ਕਰਨ ਵਾਸਤੇ ਬਹੁਤ ਜ਼ੋਰ ਲਾਇਆ ਜਾਊਗਾ ਵੀ ਪੰਜਾਬੀ ਸੰਸਕ੍ਰਿਤੀ ਚੋਂ ਨਿਕਲੀ ਐ ਮੈਂ ਕਹਿੰਦਾ ਇਹ ਗੱਲ ਠੀਕ ਨਹੀਂ ਗਈ ਇਹਦੇ ਬਾਰੇ ਵੀ ਗੱਲ ਹੋਊਗੀ ਸਿਕੰਦਰ ਦਾ ਹਮਲਾ ਪੰਜਾਬ ਦੇ ਉੱਤੇ ਉਹਦੇ ਬਾਰੇ ਇੱਕ ਚੈਪਟਰ ਹੈ ਉਹਦੇ ਤੋਂ ਬਾਅਦ ਜਿਹੜੇ ਇਸਲਾਮੀ ਹਮਲੇ ਆ ਪੰਜਾਬ ਤੇ ਉਹਨਾਂ ਬਾਰੇ ਚੈਪਟਰ ਆ ਤੇ ਉਦੋਂ ਅੱਗੇ ਫਿਰ ਅਧ ਦੇ ਵਿੱਚ ਸਿੱਖ ਇਤਿਹਾਸ ਸ਼ੁਰੂ ਹੁੰਦਾ ਸਿੱਖੀ ਦੀ ਐਮਰਜੈਂਸੀ ਦੇ ਨਾਲ ਮੈਂ ਇਹ ਕੋਰਸ ਰਾਹੀਂ ਇੱਕ ਪੁਆਇੰਟ ਜਿਹੜਾ ਮੈਂ ਨੇ ਬਣਾ ਰਿਹਾ ਹਾਂ ਕਿ ਪੰਜਾਬ ਦੀ ਵੱਖਰੀ ਪਛਾਣ ਆ ਜਿਹੜੀ ਉਹ ਸਿੱਖੀ ਦੀ ਮਰਜੈਂਸ ਨਾਲ ਹੁੰਦੀ ਹੈ ਪਹਿਲਾਂ ਇਹ ਖਿੱਤੇ ਦੇ ਵਿੱਚ ਲੋਕ ਜ਼ਰੂਰ ਰਹਿੰਦੇ ਸੀ ਪਰ ਉਹਨਾਂ ਦੀ ਵੱਖਰੀ ਸੱਭਿਆਚਾਰਕ ਹਸਤੀ ਨਹੀਂ ਸੀਗੀ ਉਹ ਸਿੱਖੀ ਨਾਲ ਬਣੀ ਹੈ ਉਸ ਤੋਂ ਬਾਅਦ 18ਵੀਂ ਸਦੀ ਦਾ ਇਤਿਹਾਸ ਫਿਰ ਮਹਾਰਾਜਾ ਰਣਜੀਤ ਸਿੰਘ ਫਿਰ ਅੰਗਰੇਜ਼ਾਂ ਦਾ ਰਾਜ 1947 1984 ਤੇ ਅੱਜ ਦਾ ਪੰਜਾਬ ਇਹ ਸਾਰਾ ਕੁਝ ਜਿਹੜਾ ਇਸ ਕੋਰਸ ਦੇ ਵਿੱਚ ਕਵਰ ਕੀਤਾ ਜਾਊਗਾ ਸੋ ਤੁਸੀਂ vancouverinstitute.net ਤੇ ਜਾ ਕੇ ਰਜਿਸਟਰ ਕਰ ਸਕਦੇ ਆ ਜੇ ਤੁਹਾਨੂੰ ਕੋਈ ਸਵਾਲ ਹੋਵੇ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਜਾਂ ਤੁਸੀਂ ਈਮੇਲ ਕਰ ਸਕਦੇ ਆ ਬਿਲਕੁਲ ਜੀ ਸੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਜੀ ਅਗਲੀ ਵਾਰੀ ਜਦੋਂ ਪ੍ਰੋਫੈਸਰ ਸਾਹਿਬ ਨੂੰ ਲੈ ਕੇ ਆਏ ਤਾਂ ਆਪਾਂ ਜ਼ਰੂਰ ਬਈ ਸਿੱਖ ਜਿਹੜੀ ਆਪਣੇ ਆਪ ਤੇ ਕੋਸ਼ੀ ਜਾਂਦੇ ਆ ਕਿ ਸਾਡੀਆਂ ਗਲਤੀਆਂ ਨਾਲ ਅਸੀਂ ਅੱਜ ਦੀ ਸਥਿਤੀ ਜੀ ਪਹੇਗੀ ਕਿ ਸਿੱਖਾਂ ਨੇ ਆਪਣੀਆਂ ਗਲਤੀਆਂ ਸੀ ਜਾਂ ਦੂਸਰਿਆਂ ਨੇ ਸਾਡੇ ਤੇ ਸਾਰਾ ਕੁਝ ਪਾਤਾ ਉਹਦੇ ਤੇ ਗੱਲਬਾਤ ਕਰਾਂਗੇ ਅੱਜ ਲਈ ਇਥੇ ਯਾਦ ਦਿਓ ਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ